ਕਿ ਆਪਾਂ ਆਪਣੇ ਨਾਂ ਨੋਟ ਕਰਾ ਦਿਓ। ਹਰੇਕ ਜਥੇ ਜਥੇਬੰਦੀਆਂ ਦੇ ਆਗੂ ਸਾਹਿਬਾਨ ਪਹੁੰਚੇ ਆ, ਉਹਨਾਂ ਨੂੰ ਬੇਨਤੀ ਆਪਣਾ ਇੱਕ ਇੱਕ ਬੁਲਾਣਾ। ਉਹਨਾਂ ਦੇ ਦਾਨੀ ਬੁੱਢੇ ਨਾਲੇ ਨੂੰ ਲੈ ਕੇ ਸਮਾਜ ਸੇਵੀ ਜਥੇਬੰਦੀਆਂ ਤੋਂ ਇਲਾਵਾ ਅੱਜ ਵੱਖ ਵੱਖ ਕਿਸਾਨ ਜਥੇਬੰਦੀਆਂ ਲੁਧਿਆਣਾ ਦੇ ਵਿੱਚ ਪਹੁੰਚੀਆਂ ਨੇ ਔਰ ਉਹਨਾਂ ਦੇ ਵੱਲੋਂ ਮੋਰਚਾ ਲਗਾਇਆ ਗਿਆ ਕਾਲੇ ਪਾਣੀ ਨੂੰ ਲੈ ਕੇ। ਤਾਂ ਵਿਰੋਧ ਜਿਹੜਾ ਜ਼ਰੂਰ ਕੀਤਾ ਜਾ ਰਿਹਾ ਕਿਉਂਕਿ ਲਗਾਤਾਰ ਜਿਹੜਾ ਬੁੱਢੇ ਨਾਲੇ ਦਾ ਪਾਣੀ ਹੈ ਉਹ ਸਤਲੁਜ ਦਰਿਆ ਦੇ ਵਿੱਚ ਡਿੱਗਦਾ ਹੈ, ਤਾਂ ਇਹ ਸਾਰਾ ਜਿਹੜਾ ਸਤਲੁਜ ਦਰਿਆ ਦਾ ਜਿਹੜਾ ਪਾਣੀ ਹੈ ਇਹ ਰਾਜਸਥਾਨ ਤੱਕ ਜਾਂਦਾ, ਤਾਂ ਲੋਕ ਇਸੇ ਪਾਣੀ ਨੂੰ ਪੀਂਦੇ ਨੇ ਔਰ ਵੱਡੀ ਗਿਣਤੀ 'ਚ ਅੱਜ ਜਿਹੜਾ ਇਕੱਠ ਹੈ ਉਹ ਜ਼ਰੂਰ ਕੀਤਾ ਗਿਆ। ਸਭ ਤੋਂ ਪਹਿਲਾਂ ਤਸਵੀਰਾਂ ਜਿਹੜੀਆਂ ਨੇ ਉਹ ਜ਼ਰੂਰ ਦਿਖਾਵਾਂਗੇ ਕਿ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਦੇ ਕੋਲ ਜਿਹੜਾ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ਜਿਹੜੀਆਂ ਨੇ ਉਹ ਪਹੁੰਚੀਆਂ ਨੇ, ਉਹਨਾਂ ਦੇ ਵੱਲੋਂ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਜ਼ਰੂਰ ਕੀਤਾ ਜਾ ਰਿਹਾ। ਤਾਂ ਇਹ ਕਿਹਾ ਜਾ ਸਕਦਾ ਹੈ ਕਿ ਜਿਹੜਾ ਬੁੱਢੇ ਨਾਲੇ ਨੂੰ ਲੈ ਕੇ ਆ ਰੋਸ ਆ ਇਹ ਜ਼ਰੂਰ ਪ੍ਰਗਟਾਇਆ ਜਾ ਰਿਹਾ। ਤਾਂ ਕਿਸਾਨ ਆਗੂ ਮਨਜੀਤ ਸਿੰਘ ਰਾਏ, ਬਲਵੀਰ ਸਿੰਘ ਰਾਜੇਵਾਲ ਅਤੇ ਹੋਰ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਉਹ ਇੱਥੇ ਪਹੁੰਚੀਆਂ ਨੇ। ਤਾਂ ਕਿਹਾ ਜਾ ਸਕਦਾ ਕਿ ਕਿਸਾਨ ਜਥੇਬੰਦੀਆਂ ਦੇ ਨਾਲ ਨਾਲ ਰਾਜਸਥਾਨ ਸਮੇਤ ਹੋਰਨਾਂ ਜਿਹੜੇ ਸੂਬਿਆਂ ਤੋਂ ਆਏ ਹੋਏ ਲੋਕ ਨੇ ਉਹ ਵੀ ਇਸ ਮੁਹਿੰਮ ਦਾ ਹਿੱਸਾ ਬਣੇ ਨੇ। ਤਾਂ ਵਿਰੋਧ ਪ੍ਰਦਰਸ਼ਨ ਜ਼ਰੂਰ ਕੀਤਾ ਜਾ ਰਿਹਾ, ਹਾਲਾਂਕਿ 650 ਕਰੋੜ ਰੁਪਇਆ ਜਿਹੜਾ ਉਹ ਜ਼ਰੂਰ ਲਗਾਇਆ ਗਿਆ ਸੀ ਬੁੱਢੇ ਨਾਲੇ ਨੂੰ ਸਾਫ਼ ਕਰਨ ਦੇ ਲਈ, ਪਰ ਬੁੱਢਾ ਨਾਲੇ ਦੀ ਸਥਿਤੀ ਜਿਹੜੀ ਹੈ ਜਿਉਂ ਦੀ ਤਿਉਂ ਜਿਹੜੀ ਹੈ ਉਹ ਜ਼ਰੂਰ ਨਜ਼ਰ ਆ ਰਹੀ ਹੈ। ਤਾਂ ਇਹ ਕਿਹਾ ਜਾ ਸਕਦਾ ਹੈ ਕਿ ਜਿਹੜਾ ਰੋਸ ਹੈ ਉਹ ਵੱਡੀ ਗਿਣਤੀ 'ਚ ਇਕੱਠ ਦੇ ਰੂਪ ਦੇ ਵਿੱਚ ਕੀਤਾ ਜਾ ਰਿਹਾ। ਤਾਂ ਸਰਕਾਰ ਦੇ ਖਿਲਾਫ਼ ਜਿਹੜਾ ਇਹ ਪ੍ਰਦਰਸ਼ਨ ਹੈ ਉਹ ਜ਼ਰੂਰ ਕੀਤਾ ਜਾ ਰਿਹਾ। ਤਾਂ ਇਹ ਕਿਹਾ ਜਾ ਸਕਦਾ ਹੈ ਕਿ ਹੁਣ ਕਿਸਾਨ ਜਥੇਬੰਦੀਆਂ ਦਾ ਵੀ ਸਹਿਯੋਗ ਮਿਲਿਆ, ਤਾਂ ਸਮਾਜ ਸੇਵੀ ਜਿਹੜੇ ਲੱਖਾ ਸੜਾਣਾ ਹੈਗੇ ਨੇ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਜਿਹੜਾ 15 ਸਤੰਬਰ ਨੂੰ ਜਿਹੜਾ ਬੰਨ ਲਾਇਆ ਜਾਊਗਾ ਔਰ ਇਸ ਤੋਂ ਪਹਿਲਾਂ ਇੱਕ ਵੱਡਾ ਜਿਹੜਾ ਇਕੱਠ ਹੈ ਉਹ ਜ਼ਰੂਰ ਕੀਤਾ ਜਾਏਗਾ। ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮਨਜੀਤ ਸਿੰਘ ਰਾਏ ਵੀ ਪਹੁੰਚੇ ਨੇ, ਹੋਰ ਵੀ ਜਥੇਬੰਦੀਆਂ ਗੱਲਬਾਤ ਕਰਨਗੇ। ਸਰ, ਅੱਜ ਵੱਡੀ ਗਿਣਤੀ 'ਚ ਜਥੇਬੰਦੀਆਂ ਪਹੁੰਚੀਆਂ ਨੇ, ਰੋਸ ਜਿਤਾਇਆ ਜਾ ਰਿਹਾ? ਦੇਖੋ ਜੀ, ਰੋਸ ਅੱਜ ਦਾ ਨਹੀਂ ਜਿਤਾਇਆ ਜਾ ਰਿਹਾ, ਰੋਸ ਪਿਛਲੇ ਲੰਮੇ ਸਮੇਂ ਤੋਂ 10 ਸਾਲ ਤਾਂ ਸਾਨੂੰ ਹੋ ਗਏ। ਅਸੀਂ ਕਹਿੰਦੇ ਜਿੰਨਾ ਲੁਧਿਆਣੇ ਦੀ ਇੰਡਸਟਰੀ ਦਾ ਗੰਦਾ ਪਾਣੀ ਬੁੱਢੇ ਨਾਲੇ ਸੁੱਟਿਆ ਜਾ ਰਿਹਾ, ਅੱਗੋਂ ਜਾ ਕੇ ਸਤਲੁਜ ਮਿਲਦਾ, ਨਹਿਰਾਂ ਰਾਹੀਂ ਉਹ ਸਾਡੇ ਘਰਾਂ 'ਚ ਆ ਰਿਹਾ, ਸਾਨੂੰ ਕਾਲਾ ਪੀਲੀਆ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਵੰਡੀਆਂ ਜਾ ਰਹੀਆਂ ਨੇ। ਇਹਦੇ ਲਈ ਭਾਵੇਂ ਅਕਾਲੀ ਭਾਜਪਾ ਗੱਠਜੋੜ ਸਰਕਾਰ ਸੀ, ਭਾਵੇਂ ਕਾਂਗਰਸ ਸਰਕਾਰ ਸੀ, ਭਾਵੇਂ ਮੌਜੂਦਾ ਸਰਕਾਰ ਹੈ, ਉਹ ਜ਼ਿੰਮੇਵਾਰ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜ਼ਿੰਮੇਵਾਰ ਹੈ, NGT ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜ਼ਿੰਮੇਵਾਰ ਹੈ। ਉਹ ਲੱਖਾਂ ਰੁਪਈਆ ਕਰੋੜਾਂ ਰੁਪਈਆ ਉਹਨਾਂ ਦੀ ਤਨਖਾਹ 'ਤੇ ਖਰਚਿਆ ਜਾ ਰਿਹਾ, ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ 'ਤੇ ਖਰਚਿਆ ਜਾ ਰਿਹਾ, ਉਹ ਸਾਡੀਆਂ ਜੇਬਾਂ 'ਚੋਂ ਜਾਂਦਾ, ਸਾਡੀਆਂ ਜੇਬਾਂ 'ਚੋਂ ਜਾਂਦਾ ਉਹ। ਇਸ ਲਈ ਅਸੀਂ ਤੁਹਾਡੇ ਚੈਨਲ ਲਈ ਕਹਿਣਾ ਚਾਹੁੰਦੇ ਹਾਂ ਕਿ ਉਸ ਬੁੱਢੇ ਨਾਲੇ ਵਾਲਾ ਗੰਦਾ ਪਾਣੀ ਸਤਲੁਜ ਦੇ ਵਿੱਚ ਨਾ ਸੁੱਟਿਆ ਜਾਵੇ, ਉਸ ਪਾਣੀ ਨੂੰ ਪਲੀਤ ਨਾ ਕੀਤਾ ਜਾਵੇ। ਇੱਕ ਪਾਸੇ ਸਾਡੇ ਪਾਣੀ ਡੂੰਘੇ ਹੁੰਦੇ ਜਾ ਰਹੇ ਨੇ, ਦੂਜੇ ਪਾਸੇ ਸਾਡੇ ਕੁਦਰਤੀ ਸਰੋਤ ਹੈ ਜਿਹੜੇ ਉਹ ਪਲੀਤ ਕੀਤੇ ਜਾ ਰਹੇ। ਐਮਐਲਏ ਗੋਗੀ ਨੇ ਆਪਣਾ ਪੱਥਰ ਤੱਕ ਤੋੜ ਦਿੱਤਾ, ਉਹ ਕਹਿੰਦੇ ਕਿ ਬੁੱਢਾ ਨਾਲਾ ਸਾਫ਼ ਨਹੀਂ ਹੋਇਆ, ਲੋਕ ਮੈਨੂੰ ਗਾਲਾਂ ਕੱਢਦੇ ਨੇ, ਕਹਿੰਦੇ ਮੈਂ ਪੱਥਰ ਹੀ ਤੋੜ ਦਿੱਤਾ। ਦੇਖੋ, ਬਹੁਤ ਵਧੀਆ ਫੈਸਲਾ, ਮੈਂ ਐਮਐਲਏ ਗੋਗੀ ਸਾਹਿਬ ਦੇ ਉਸ ਫੈਸਲੇ ਨੂੰ ਵਧੀਆ ਗਿਣਦਾ, ਕਿਉਂਕਿ ਉਹ ਕਹਿੰਦਾ 600 ਕਰੋੜ ਤੋਂ ਜ਼ਿਆਦਾ ਰਕਮ ਉਹ ਕਿੱਧਰ ਗਈ, ਉਹਦੀ ਵਿਜੀਲੈਂਸ ਜਾਂਚ ਕਰੇ, ਉਹਦੀ CBI ਜਾਂਚ ਕਰੇ, ਸਰਕਾਰਾਂ ਨੂੰ ਉਹਦੀ ਜਾਂਚ ਕਰਾਉਣੀ ਚਾਹੀਦੀ ਹੈ। ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਕਿਹਾ ਅਸੀਂ 1000 ਕਰੋੜ ਰੁਪਇਆ ਦੇ ਦਿੱਤਾ, ਕੈਪਟਨ ਸਰਕਾਰ ਨੇ ਕਿਹਾ ਅਸੀਂ 1000 ਕਰੋੜ ਰੁਪਇਆ ਦੇ ਦਿੱਤਾ, ਇਹ ਸਰਕਾਰ ਕਹਿੰਦੀ ਹੈ 600 ਕਰੋੜ ਰੁਪਇਆ ਦੇ ਦਿੱਤਾ।
ਆ, ਉਹ ਗਿਆ ਕਿੱਥੇ? ਇਹਦੇ ਲਈ ਗੋਗੀ ਨੂੰ ਮੈਂ ਵਧਾਈ ਦਿੰਦਾ ਤੇ ਬਹੁਤ ਵਧੀਆ ਕੰਮ ਕੀਤਾ। ਬੰਨ ਲਾਉਣ ਜਾ ਰਹੇ, ਕਿੰਨੀ ਤਰੀਕ ਨੂੰ ਲਾਉਣ ਜਾ ਰਹੇ? 15 ਸਤੰਬਰ ਨੂੰ ਬੰਨ ਲਾਉਣਾ। 3 ਕਰੋੜ ਦੀ ਆਬਾਦੀ ਹੈ ਪੰਜਾਬ ਦੀ, ਸਾਰਿਆਂ ਦੇ ਭਵਿੱਖ ਨਾਲ ਜੁੜਿਆ ਮੁੱਦਾ। ਜਿਹੜੇ ਲੋਕ ਸੁਣਦੇ ਨੇ ਤੁਹਾਡੇ ਚੈਨਲ ਰਾਹੀਂ, ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਤੁਹਾਡੇ ਭਵਿੱਖ ਨਾਲ, ਤੁਹਾਡੀ ਔਲਾਦ ਦੇ ਭਵਿੱਖ ਨਾਲ, ਆਉਣ ਵਾਲੀ ਨਵੀਂ ਪੀੜ੍ਹੀ ਦੇ ਭਵਿੱਖ ਨਾਲ ਜੁੜਿਆ ਮੁੱਦਾ। 15 ਸਤੰਬਰ ਨੂੰ 100% ਬੰਨ ਲੱਗੂਗਾ ਲੱਗੂਗਾ 15 ਸਤੰਬਰ ਨੂੰ ਬੰਨ ਲਗਾਇਆ ਜਾਵੇਗਾ, ਵੱਡਾ ਐਲਾਨ ਕੀਤਾ ਮਨਜੀਤ ਸਿੰਘ ਰਾਏ ਵੀ ਸਾਡੇ ਨੇ। ਰਾਏ ਸਾਹਿਬ, ਅੱਜ ਮੁਹਿੰਮ ਦਾ ਹਿੱਸਾ ਬਣੇ ਹੋ, ਵੱਡੀ ਗਿਣਤੀ 'ਚ ਕਿਹਾ ਜਾ ਰਿਹਾ ਕਿ ਬੁੱਢੇ ਨਾਲੇ ਨੂੰ ਜਿਹੜਾ ਬੰਨ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੇਖੋ, ਜੇ ਸਰਕਾਰਾਂ ਦਾ ਬਣਾ ਕਰਨ, ਉਹਨੂੰ ਪਲਿਊਟ ਕੀਤਾ ਜਾ ਰਿਹਾ ਪਾਣੀ ਨੂੰ ਸਾਡੇ ਨੂੰ। ਔਰ ਇੱਥੋਂ ਤੁਸੀਂ ਮੰਨੋਗੇ ਕਿ ਜਿਹੜਾ ਸਾਡਾ ਮੁੱਖ ਮੰਤਰੀ ਕਹਿੰਦਾ ਹੈ ਕਿ ਪੰਜਾਬ ਨੂੰ ਸਿਹਤਮੰਦ ਪੰਜਾਬ ਬਣਾਉਣਾ ਹੈ, ਜੇ ਸਿਹਤਮੰਦ ਪੰਜਾਬ ਬਣਾਉਣਾ ਹੈ ਤੇ ਇੱਥੋਂ ਇਹ ਵੀ ਉਹਨੂੰ ਦੇਖਣਾ ਚਾਹੀਦਾ ਵੀ ਕਿ ਕੈਂਸਰ ਟ੍ਰੇਨ ਚੱਲਦੀ ਹੈ, ਕੈਂਸਰ ਦੇ ਨਾਂ ਤੇ ਟ੍ਰੇਨ ਚੱਲਦਾ, ਉਹਦਾ ਕਾਰਨ ਕੀ ਹੈ ਕਿ ਜਿਹੜਾ ਗੰਦਲਾ ਪਾਣੀ ਫੈਕਟਰੀਆਂ ਦਾ ਬਿਨਾਂ ਟ੍ਰੀਟ ਕੀਤਿਆਂ ਵਿੱਚ ਸੁੱਟਿਆ ਜਾਂਦਾ ਹੈ, ਤੇ ਪੰਜਾਬ ਸਰਕਾਰ ਦਾ ਪੋਲਿਊਸ਼ਨ ਬੋਰਡ ਕੀ ਕਰਦਾ ਹੈ? ਉਹ ਪੋਲਿਊਸ਼ਨ ਬੋਰਡ ਕਿਉਂ ਨਹੀਂ ਚੈੱਕ ਕਰਦਾ ਹੈ? ਤੇ ਫਿਰ ਜਦੋਂ ਸਰਕਾਰਾਂ ਕੰਮ ਕਰਨੋਂ ਹਟ ਜਾਣ, ਫਿਰ ਲੋਕ ਅੱਗੇ ਵੱਧ ਕੇ ਆਇਆ ਕਰਦੇ ਆ, ਸੰਘਰਸ਼ ਕਰਦੇ ਆ, ਤਾਂ ਫਿਰ ਲੋਕ ਬੰਨ ਲਾਉਣਗੇ ਤੇ ਉਹ ਪਾਣੀ ਅਸੀਂ ਆਪਣਾ ਪਾਣੀ ਦਰਿਆਵਾਂ ਦਾ ਗੰਦਲਾ ਨਹੀਂ ਹੋਣ ਦਿਆਂਗੇ। ਲੱਗਦਾ ਜੀ ਕਿਤੇ ਨਾ ਕਿਤੇ ਵਾਤਾਵਰਨ ਬਚਾਉਣ ਲਈ ਜਿੱਥੇ ਯਤਨ ਕੀਤੇ ਜਾ ਰਹੇ ਨੇ, ਸਰਕਾਰ ਨੇ ਵੀ 650 ਕਰੋੜ ਰੁਪਏ ਲਗਾਇਆ ਸੀ ਬੁੱਢੇ ਨਾਲੇ ਨੂੰ ਸਾਫ਼ ਕਰਨ ਲਈ, ਪਰ ਸਥਿਤੀ ਜਿਉਂ ਦੀ ਤਿਉਂ ਨਜ਼ਰ ਆ ਰਹੀ। ਨਹੀਂ, ਉਹ ਕੀ ਫਾਇਦਾ ਉਹਦਾ? 650 ਕਰੋੜ ਵੇਸਟ ਕੀਤਾ। ਤੁਸੀਂ ਵੇਖਦੇ ਹੋਵੋਗੇ ਵੀ ਉਹ ਜਿਹੜਾ ਦਰਖਤ ਲਾਇਆ ਸੜਕਾਂ ਕਿਨਾਰੇ, ਉੱਥੇ ਜਿਹੜੇ ਆਵਾਰਾ ਪਸ਼ੂ ਘੁੰਮਦੇ ਆ ਡੰਗਰ ਲੈ ਕੇ ਗੁਜਰਾਂ ਦੇ, ਉਹਨਾਂ 'ਤੇ ਕਿਹਨੇ ਨੱਥ ਪਾਉਣੀ ਆ? ਉਹ ਸਾਰੇ ਦੇ ਸਾਰੇ ਵੇਸਟ ਗਏ। ਸਰਕਾਰ ਜਿਹੜੀ ਆ, ਕਰਪਸ਼ਨ ਵੱਧ ਹੁੰਦੀ ਆ ਇਸ ਨਾਂ 'ਤੇ, ਵਾਤਾਵਰਨ ਸ਼ੁੱਧ ਕਰਨ ਦੇ ਨਾਂ 'ਤੇ ਕੰਮ ਘੱਟ ਹੁੰਦਾ ਹੈ, ਅਤੇ ਇਸੇ ਕਰਕੇ ਫਿਰ ਲੋਕ ਸੰਘਰਸ਼ ਦੀ ਰਾਹ 'ਤੇ ਆਉਂਦੇ ਆ ਵੀ ਸਰਕਾਰ ਜਿਹੜੀ ਆ ਆਪਣਾ ਕੰਮ ਠੀਕ ਢੰਗ ਨਾਲ ਨਹੀਂ ਕਰਦੀ। ਅਲਟੀਮੇਟਮ ਕੀ ਅਗਲਾ? ਅਲਟੀਮੇਟਮ ਸਾਡੀ ਇੱਥੇ ਜਿਹੜੀ ਸੰਘਰਸ਼ ਕਮੇਟੀ ਆ, ਉਹ ਜੋ ਪ੍ਰੋਗਰਾਮ ਲਿਖੇਗੀ, ਅਸੀਂ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸਪੋਰਟ ਲਈ ਆਏ ਹਾਂ, ਉਹਨਾਂ ਦੀ ਸਪੋਰਟ ਕਰਾਂਗੇ। ਕੀ ਲੱਗਦਾ ਜੀ ਹੁਣ ਅਗਲੀ ਤਿਆਰੀ ਤੁਹਾਡੀ ਆ, ਮਾਰਚ ਤੋਂ ਬਾਅਦ ਕੀ ਰਹੇਗੀ? ਦੇਖੋ, 15 ਸਤੰਬਰ ਦਾ ਸਮਾਂ ਦਿੱਤਾ ਕਿ ਸਰਕਾਰ ਨੂੰ ਉਹ ਫੈਕਟਰੀਆਂ ਬੰਦ ਕਰਨੀਆਂ ਪੈਣੀਆਂ, ਕਿਉਂਕਿ ਇਹਦਾ ਕੋਈ ਐਸਟੀਪੀ ਜਾਂ ਹੋਰ ਕਿਸੇ ਤਰੀਕੇ ਨਾਲ ਕੋਈ ਹੱਲ ਨਹੀਂ ਹੈਗਾ, ਅਤੇ 15 ਸਤੰਬਰ ਨੂੰ ਜਾ ਕੇ ਨਹੀਂ ਤਾਂ ਫਿਰ ਬੰਦ ਲੱਗੇਗਾ, ਅਤੇ ਉਹ ਫੈਕਟਰੀਆਂ 'ਤੇ ਇਹ ਜਿਹੜਾ ਗੰਦ ਹੈ ਉਹ ਦਰਿਆ 'ਚ ਪੈਣਾ, ਉਹ ਬੰਦ ਕੀਤਾ ਜਾਏਗਾ। ਦਰਿਆ ਦੇ ਵਿੱਚ ਜਿਹੜਾ ਫੈਕਟਰੀਆਂ ਦਾ ਗੰਦਾ ਪਾਣੀ ਉਹ ਬੰਦ ਕਰਨਾ ਚਾਹੀਦਾ। ਸੋ ਦੇਖ ਸਕਦੇ ਹੋ ਕਿ ਵੱਡੀ ਗਿਣਤੀ 'ਚ ਕਿਸਾਨ ਆਗੂ ਵੀ ਪਹੁੰਚੇ ਨੇ, ਚਾਹੇ ਬਲਬੀਰ ਸਿੰਘ ਰਾਜੇਵਾਲ ਦੀ ਗੱਲ ਕਰੀਏ, ਚਾਹੇ ਮਨਜੀਤ ਸਿੰਘ ਰਾਏ ਦੀ ਗੱਲ ਕਰੀਏ, ਤਾਂ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਉਹਨਾਂ ਦਾ ਵੀ ਸਹਿਯੋਗ ਮਿਲਿਆ, ਤਾਂ ਰਾਜਸਥਾਨ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਪਹੁੰਚੇ ਨੇ, ਉਹਨਾਂ ਦਾ ਜਿਹੜਾ ਸਮਰਥਨ ਜਿਹੜਾ ਜ਼ਰੂਰ ਉਹ ਮਿਲਿਆ, ਤਾਂ ਕਿਹਾ ਜਾ ਸਕਦਾ ਹੈ ਕਿ ਜਿਹੜਾ ਗੰਦੇ ਨਾਲੇ ਨੂੰ ਜਿਹੜਾ ਸਾਫ਼ ਕਰਨ ਦੇ ਲਈ ਯਤਨ ਕੀਤੇ ਗਏ ਸੀ ਉਹ ਕਿਤੇ ਨਾ ਕਿਤੇ ਬੇਸਿੱਟਾ ਰਹੇ ਨੇ, ਤਾਂ ਇਸ ਨੂੰ ਲੈ ਕੇ ਜਿਹੜਾ ਹੁਣ ਬੰਨ ਲਾਉਣ ਦੀ ਤਿਆਰੀ ਹੈ ਉਹ ਜ਼ਰੂਰ ਕੀਤੀ ਜਾ ਰਹੀ ਹੈ, ਤਾਂ ਇਹ ਕਿਹਾ ਜਾ ਸਕਦਾ ਕਿ ਵੱਡੀ ਗਿਣਤੀ 'ਚ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਵੀ ਐਲਾਨ ਜਿਹੜਾ ਕਰ ਦਿੱਤਾ ਗਿਆ, ਤਾਂ ਮਨਪ੍ਰੀਤ ਮੰਨਾ ਵੀ ਨੇ ਡੇਰੀ ਨਜ਼ਰ ਦੇ ਵਿੱਚ ਬਹੁਤ ਘੱਟ MLA ਸੀਗੇ ਜਿਹੜੇ ਇਹਨਾਂ ਦੇ, ਜਿੰਨਾ ਨੂੰ ਮੈਂ ਕੋਈ ਠੀਕ ਸਮਝਦਾ ਸੀਗਾ, ਪਰ ਜੋ ਗੋਗੀ MLA ਨੇ ਕੀਤਾ, ਆ ਜ਼ਮੀਰ ਕਿਤੇ ਨਾ ਕਿਤੇ ਤੁਹਾਨੂੰ ਹਲੂਣ 'ਤੇ ਜਾਂਦਾ ਹੈ ਨਾ ਕਿ ਤੁਸੀਂ ਇੰਨੀ ਪਬਲਿਕ ਨੂੰ ਸ਼ੁਦਾਈ ਬਣਾਇਆ। ਜੇ ਤੁਸੀਂ ਪਬਲਿਕ ਨੂੰ ਰੱਬ ਰੂਪ ਮੰਨ ਲਓ
ਜੇ ਤੁਸੀਂ ਮੰਨ ਲਓ ਇਹ ਸੰਗਤ ਰੱਬ ਦਾ ਰੂਪ ਹੈ, ਤੁਹਾਡਾ ਦਿਲ ਹੀ ਨਹੀਂ ਕਰਦਾ ਇਹਨਾਂ ਨਾਲ ਝੂਠ ਬੋਲਣ ਲਈ। ਉਹਨਾਂ ਦਾ ਜ਼ਮੀਰ ਜਾਗਿਆ, ਉਹਨਾਂ ਨੇ ਉਪਰਾਲਾ ਕੀਤਾ, ਯੋਗੀ ਜੀ ਕੋ ਅੱਜ ਇਹ ਆਸ ਲੈ ਕੇ ਚੱਲਿਆ ਲੁਧਿਆਣੇ ਦੇ ਵਿੱਚੋਂ ਕਿ ਲੁਧਿਆਣੇ ਦੀਆਂ ਹੋਰ ਵੀ ਜਿਹੜੀਆਂ ਕ੍ਰਿਤੀਆਂ ਨੇ ਉਹ ਯੋਗੀ ਜਿਹੜੇ ਨੇ ਇਹਨੂੰ ਬਿਲਕੁਲ ਮੰਚ ਦੇ ਉੱਤੇ ਲੈ ਕੇ ਆਉਣਗੇ, ਉਹਨਾਂ ਨੂੰ ਉਜਾਗਰ ਕਰਨਗੇ। 598 ਕਰੋੜ ਰੁਪਏ ਖਰਚ ਹੋ ਚੁੱਕਿਆ, ਉਹਦਾ ਹਿਸਾਬ ਕਿੱਥੇ ਆ? ਸਰਕਾਰ ਦੀ ਜਿਹੜੀ ਪਾਲਿਸੀ ਬਣ ਚੁੱਕੀ ਆ, ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਸਿੰਦੇ ਬੰਦਿਆਂ ਨੂੰ ਲੁੱਟ ਲਓ ਅਤੇ ਗਰੀਬਾਂ ਦੇ ਵਿੱਚ ਵੰਡ ਦਿਓ ਅਤੇ ਉਹਨਾਂ ਨੂੰ ਮਗਰ ਲਾ ਲਓ ਆਟਾ ਦਾਲ ਦੇ ਕੇ, ਬੱਤੀ ਫ੍ਰੀ ਦੇ ਕੇ। ਜੇ ਤੁਹਾਡੇ ਕੋਲ ਸੋਰਸ ਹੀ ਨਹੀਂ ਹੈਗੇ, ਜੇ ਤੁਹਾਡੇ ਕੋਲ ਸਾਧਨ ਹੀ ਨਹੀਂ ਹੈਗੇ, ਤੁਸੀਂ ਕਿਉਂ ਇਹੋ ਜਿਹੇ ਲਾਰੇ ਲਾ ਰਹੇ ਹੋ, ਕਿਉਂ ਇਹੋ ਜਿਹੇ ਕੰਮ ਕਰ ਰਹੇ ਹੋ? 650 ਕਰੋੜ ਰੁਪਈਏ ਦਾ ਨੀਂਹ ਪੱਥਰ ਰੱਖਿਆ ਗਿਆ। ਮੈਂ ਤੁਹਾਨੂੰ ਗਰੰਟੀ ਨਾਲ ਕਹਿੰਦਾ, ਕਈ ਕਈ ਅਫਸਰਾਂ ਨੂੰ, ਕਈ ਮੁਲਾਜ਼ਮਾਂ ਨੂੰ ਤਾਂ 3-3 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ। 650 ਕਰੋੜ ਰੁਪਈਆ ਕਿੱਥੋਂ ਲਾ ਦੇਣਗੇ? ਸਿਰਫ ਬੋਰਡਾਂ ਦੇ ਉੱਤੇ ਨਜ਼ਰ ਆਉਣ ਵਾਲੀ ਸਰਕਾਰ ਹੈ, ਸਿਰਫ ਬੋਰਡਾਂ ਦੇ ਉੱਤੇ ਦਿਸ ਰਿਹਾ, ਥੱਲੇ ਜ਼ਮੀਨੀ ਹਕੀਕਤ ਕੁਛ ਵੀ ਨਹੀਂ ਹੈਗੀ। ਸੈਂਟਰ ਤੁਸੀਂ ਦੇਖੋ, ਮੈਨੂੰ ਪੰਜਾਬ 'ਚ ਪੂਰੇ ਦੇ ਵਿੱਚ ਕੋਈ ਹਾਈਵੇ ਪ੍ਰੋਜੈਕਟ ਚੱਲਦਾ ਦੱਸ ਦਿਓ। ਸੈਂਟਰ ਦੀ ਅਤੇ ਪੰਜਾਬ ਗੌਰਮੈਂਟ ਦੀ ਗਿਲੀ ਮਿੱਥੀ ਸਾਜਿਸ਼ ਹੈ। ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ, ਪੰਜਾਬ ਨੂੰ ਕ੍ਰਿਮੀਨਲ ਦਿਖਾਇਆ ਜਾ ਰਿਹਾ, ਪੰਜਾਬ ਦੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਨੇ ਉਹ ਸੈਂਟਰ ਵੱਲੋਂ ਛੁਪਵਾਈਆਂ ਜਾਂਦੀਆਂ ਨੇ ਕਿ ਪੰਜਾਬ ਦੇ ਹਾਲਾਤ ਮਾੜੇ ਨੇ, ਇੱਥੇ ਮਾਫੀਆ ਹੈਗਾ ਵੀ ਹੈ, ਪਰ ਇਸ ਲੈਵਲ ਦੇ ਉੱਤੇ ਨਹੀਂ ਕਿ ਤੁਸੀਂ ਸਾਡੇ ਸਾਰੇ ਫੰਡ ਹੀ ਬੰਦ ਕਰ ਦਿਓ। ਇੱਕ ਸਾਲ ਲੱਗਾ ਸੀ ਜੀ, 1.5 ਸਾਲ ਕਿਸਾਨ ਮੋਰਚੇ ਨੂੰ ਫਤਿਹ ਹੁੰਦਿਆਂ। ਮੈਂ ਕਹਿਣਾ ਚਾਹੁੰਦਾ ਕਿ ਅੰਨੀ ਬੋਲੀ ਸਰਕਾਰ ਹੈ ਜਿਨ੍ਹਾਂ ਨੂੰ ਅਸੀਂ ਚੁਣ ਲਿਆ। ਲੈਕਚਰ ਇਹਨਾਂ ਦੇ ਬਹੁਤ ਬਹੁਤ ਸੋਹਣੇ ਹੁੰਦੇ ਨੇ, ਭਗਵੰਤ ਮਾਨ ਨੂੰ ਗੱਲਾਂ ਬਹੁਤ ਆਉਂਦੀਆਂ। ਜੇ ਉਹਦੇ ਬਾਰੇ ਮੈਂ ਕਹਿ ਲਵਾਂ ਨਾ ਕਿ ਤੁਹਾਡੀ ਪਹਿਲਾਂ ਹਾਲਤ ਕੀ ਸੀ, ਤੇਰੇ MLA ਦੀ ਕੀ ਹਾਲਤ ਸੀ, ਤੇਰੇ ਮੰਤਰੀਆਂ ਦੀ ਕੀ ਹਾਲਤ ਸੀ? ਉਹ ਕਹਿੰਦੇ ਆ ਨਾ ਕਿ ਭਾਸ਼ਣ ਵਿੱਚ ਆ ਦੇਸ਼ ਦੀ ਚਿੰਤਾ, ਭਾਸ਼ਣ ਵਿੱਚ ਹੈ ਦੇਸ਼ ਦੀ ਚਿੰਤਾ, ਆਸ਼ਕ ਕੁਰਸੀ ਮਾਲ ਦੇ ਹੋ, ਮਿਲ ਗਈ ਹੈ ਮਖਮਲ ਦੀ ਰਜਾਈ, ਲਾਇਕ ਤੇ ਤਰਪਾਲ ਦੇ ਹੋ, ਤਰਪਾਲ ਉੜਨ ਵਾਲੇ ਤੁਸੀਂ ਲੋਕ। ਲੱਗਦਾ 15 ਤਰੀਕ ਨੂੰ ਬੰਨ ਲਾਉਣ ਦੀ ਤਿਆਰੀ ਜਿਹੜੀ ਆ ਮੁਕੰਮਲ ਹੋ ਰਹੀ ਹੈ। ਕਿਹੜੇ ਵਾਲੀ ਜੀ? ਬੰਨ ਜਿਹੜਾ ਲਗਾਇਆ ਜਾ ਰਿਹਾ। ਮੈਂ ਇੱਕ ਚੀਜ਼ ਕਹਿੰਦਾ ਜੀ, ਇਹ ਟੈਕਨੀਕਲੀ ਜਿੱਥੇ ਵੀ ਇਹ ਕੰਮ ਦੇਖ ਕੇ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਵੀ ਸਾਡੀ ਨੈਗੇਟਿਵਿਟੀ ਨਾ ਜਾਵੇ। ਮੈਂ ਇਹ ਗੱਲ ਕਹਿਣੀ ਚਾਹੁੰਦਾ, ਜੋ ਵੀ ਤੁਸੀਂ ਬੰਨ ਲਾਉਣੇ ਨੇ, ਜੋ ਵੀ ਜਿਹੜੀਆਂ ਫੈਕਟਰੀਜ਼ ਪਾਣੀ ਸੁੱਟਦੀਆਂ ਨੇ, ਸਰਕਾਰ ਦੇ ਉੱਤੇ ਇੰਨਾ ਦਬਾਅ ਬਣ ਜਾਣਾ ਚਾਹੀਦਾ ਕਿ ਹਰ ਫੈਕਟਰੀ ਨੂੰ ਆਪਣੇ ਵਿੱਚ ਅੰਦਰ ਵਾਟਰ ਟ੍ਰੀਟਮੈਂਟ ਪਲਾਂਟ ਜਿਹੜਾ ਲੱਗਣਾ ਚਾਹੀਦਾ ਉਹਨੂੰ ਠੀਕ ਕਰਨ ਵਾਲੇ ਪਲਾਂਟ ਲੱਗਣੇ ਚਾਹੀਦੇ ਨੇ, ਨਹੀਂ ਕੋਈ ਹੱਲ ਬਚੂਗਾ ਫਿਰ ਲੋਕਾਂ ਕੋਲ ਅਖੀਰਲੇ ਇਹੀ ਹੱਲ ਨੇ। ਸਰਕਾਰ ਨੂੰ ਹੁਣ ਵੀ ਸੁਚੇਤ ਹੋ ਜਾਣਾ ਚਾਹੀਦਾ। ਸਾਫ਼ ਤੌਰ 'ਤੇ ਮਨਪ੍ਰੀਤ ਮੰਨਾ ਵੀ ਸੀ, ਉਹਨਾਂ ਨੇ ਵੀ ਜਿਹੜਾ ਇਸ ਮੁਹਿੰਮ ਦੀ ਜਿਹੜੀ ਸ਼ਲਾਘਾ ਕੀਤੀ ਔਰ ਕਿਹਾ ਕਿ ਕਿਤੇ ਨਾ ਕਿਤੇ ਲੋਕ ਜਿਹੜਾ ਗੰਦਾ ਪਾਣੀ ਪੀਣ ਨੂੰ ਮਜਬੂਰ ਹੋ ਰਹੇ ਨੇ, ਤਾਂ ਇਹ ਕਿਹਾ ਜਾ ਸਕਦਾ ਹੈ ਕਿ ਜਿਹੜਾ ਰਾਜਸਥਾਨ ਦੇ ਵਿੱਚ ਜਿਹੜਾ ਬੁੱਢੇ ਦਰਿਆ ਦਾ ਪਾਣੀ ਹੈ ਉਹ ਦਰਿਆ ਦੇ ਵਿੱਚ ਪੈਂਦਾ, ਤਾਂ ਰਾਜਸਥਾਨ ਦੇ ਲੋਕ ਜਿਹੜੇ ਨੇ ਇਸ ਨੂੰ ਪੀਂਦੇ ਨੇ, ਤਾਂ ਇੱਕ ਮੁਹਿੰਮ ਜਿਹੜੀ ਜ਼ਰੂਰ ਛੇੜੀ ਗਈ ਆ, ਬੰਨ ਲਾਉਣ ਦੀ ਜਿਹੜੀ ਆ ਉਹ ਗੱਲ ਜ਼ਰੂਰ ਕੀਤੀ ਗਈ ਆ। ਹੁਣ ਦੇਖਣਾ ਇਹ ਹੋਵੇਗਾ ਕਿ 15 ਸਤੰਬਰ ਨੂੰ ਜਿਹੜਾ ਬੰਨ ਲਗਾਇਆ ਜਾਂਦਾ ਜਾਂ ਸਰਕਾਰ ਦੇ ਨਾਲ ਕੋਈ ਗੱਲਬਾਤ ਹੋ ਪਾਉਂਦੀ ਹੈ। ਦੇਖੋ ਜੀ, ਮੈਨੂੰ ਇਹ ਲੱਗਦਾ ਹੈ ਕਿ ਬੁੱਢਾ ਦਰਿਆ ਜਿਹੜਾ ਹੈਗਾ ਹੈ ਨਾ, ਇਹ ਨਾਲਾ ਜਿਹੜਾ ਹੈਗਾ ਹੈ ਇਹਨੂੰ ਪੂਰਨਾ ਚਾਹੀਦਾ, ਨਹੀਂ ਤਾਂ ਇਹਦੇ ਉੱਤੇ ਇੱਕ ਵੱਡਾ ਪਲਾਂਟ ਲਾਉਣਾ ਚਾਹੀਦਾ ਹੈ ਜਿਹਦੇ 'ਚ ਪਾਣੀ ਪਿਓਰੀਫਾਈ ਹੋ ਕੇ ਜਾਵੇ। ਅਦਰਵਾਈਜ਼ ਤਾਂ ਦਰਿਆ ਦਾ ਪਾਣੀ ਜਿਹੜਾ ਹੈ ਨਾ ਉਹ ਗੰਦਲਾ ਕਰ ਰਿਹਾ, ਉਹਦੇ ਨਾਲ ਦੇ ਜਿੰਨੇ ਪਿੰਡ ਹੈ ਉਹਨਾਂ ਨੂੰ ਸਾਰਿਆਂ ਨੂੰ ਸਕਿਨ ਦੀ ਬਿਮਾਰੀ ਹੋ ਰਹੀ ਹੈ। ਸੋ ਇਸ ਕਰਕੇ ਆਪਾਂ ਨੂੰ ਜਿਹੜਾ ਹੈ ਨਾ ਇਹਦਾ ਪਰਹੇਜ਼ ਕਰਨਾ ਚਾਹੀਦਾ ਔਰ ਲੋਕਾਂ ਨੂੰ ਇਹਦਾ ਸਾਥ ਦੇਣਾ ਚਾਹੀਦਾ। ਦੇਖੋ, ਮੈਨੂੰ ਲੱਗਦਾ ਸਾਰਿਆਂ ਨੂੰ ਜੁੜਨਾ ਚਾਹੀਦਾ ਇਹੋ ਜਿਹੇ ਧਰਨੇ ਦੇ ਨਾਲ ਔਰ ਚੰਗੇ ਚੰਗੇ ਕੰਮਕਾਰ ਦੇ ਵਿੱਚ ਹਰ ਇੱਕ ਇਨਸਾਨ ਨੂੰ, ਹਰ ਇੱਕ ਸਟੂਡੈਂਟ ਨੂੰ ਪਾਰਟਿਸਪੇਟ ਕਰਨਾ ਚਾਹੀਦਾ। ਲੱਗਦਾ ਜੀ ਕਿਤੇ ਨਾ ਕਿਤੇ ਜਿਹੜਾ ਬੁੱਢੇ ਨਾਲੇ ਦੇ ਬੰਨ ਲਾਉਣ ਦੀ ਗੱਲ ਆ ਰਹੀ ਹੈ, ਕਿਤੇ ਨਾ ਕਿਤੇ ਗੱਲਬਾਤ ਸਰਕਾਰ ਦੇ ਨਾਲ ਹੋ ਰਹੀ ਹੋਣੀ ਚਾਹੀਦੀ ਹੈ, ਕਿਉਂਕਿ ਲੋਕ ਜਿਹੜੇ ਹੈ ਤਾਂ ਹੀ ਸਾਥ ਦੇਣਗੇ ਨਾ, ਸਰਕਾਰਾਂ ਨੂੰ ਵੀ ਸਾਥ ਦੇਣ ਦੀ ਲੋੜ ਹੈ, ਕਿਉਂਕਿ ਇਹ ਜਿਹੜਾ ਕੰਮ ਹੈ ਪਿਛਲੀਆਂ ਸਰਕਾਰਾਂ ਤੋਂ ਹੀ ਚੱਲਦਾ ਆ ਰਿਹਾ।
ਵਧੀਆ ਕੀਤਾ ਜੀ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਜਿਹੜਾ ਪੱਥਰ ਲਾਇਆ ਹੈ ਉਹ ਮੁਕੰਮਲ ਤਾਂ ਹੋਇਆ ਨਹੀਂ, ਉਹ ਕੰਮ ਤਾਂ ਉਹ ਤੋੜਨਾ ਹੀ ਸੀਗਾ।